हेलो डियर किड्स हाउ आर यू फाइन ओके टुडे वी विल लर्न हाउ टू राइट कर्सिव लेटर्स इन इंग्लिश प्यारे बच्चों आज हम इस वीडियो में कर्सिव राइटिंग सीखेंगे जिससे हमारी जो लिखाई है वो बहुत सुंदर बनेगी आओ बच्चे शुरू करते हैं ਬੱਚਿਓ ਸਭ ਤੋਂ ਪਹਿਲਾਂ ਅਸੀਂ ਕੁਝ ਗੱਲਾਂ ਦਾ ਧਿਆਨ ਰੱਖਾਂਗੇ ਅਸੀਂ 4 ਲਾਈਨ ਪੇਜ ਲਿਆ ਹੋਇਆ ਬੱਚਿਓ ਇਹਦੇ ਵਿੱਚ ਦੇਖੋ ਚਾਰ ਲਾਈਨਾਂ ਹੈਗੀਆਂ 1 2 3 4 ਤੇ ਇਹਦੇ ਵਿੱਚ ਦੇਖੋ ਬੱਚਿਓ ਥੋੜਾ ਜਿਹਾ ਠਹਿਰਾਵ ਹੋਣਾ ਚਾਹੀਦਾ ਅਸੀਂ ਕਾਲੀ ਨਹੀਂ ਕਰਨੀ ਐ ਲੈਟਰ ਲਿਖਣ ਨੂੰ ਅੱਖਰ ਲਿਖਣ ਨੂੰ ਜਿਵੇਂ ਦੇਖੋ ਏ ਤੀਜੀ ਲਾਈਨ ਤੋਂ ਸ਼ੁਰੂ ਹੋਇਆ ਬਿਲਕੁਲ ਲਾਈਨ ਦੇ ਉੱਤੋਂ ਸ਼ੁਰੂ ਕਰਨਾ ਹੈਗਾ ਤੇ ਦੂਜੀ ਲਾਈਨ ਨੂੰ ਟੱਚ ਕਰਦੇ ਹੋਏ ਵਾਪਸ ਇਸ ਤਰ੍ਹਾਂ ਆ ਸਾਡੀ ਬਣ ਗਈ ਏ ਨੈਕਸਟ ਹੈ ਬੱਚਿਓ ਬੀ ਇਸ ਤਰ੍ਹਾਂ ਦੇਖੋ ਬੱਚੋ ਤੀਜੀ ਲੇਨ ਤੋਂ ਸ਼ੁਰੂ ਹੋ ਰਿਹਾ ਆਪਣਾ ਪਹਿਲੀ ਲੇਨ ਨੂੰ ਟੱਚ ਕਰਦੇ ਹੋਏ ਵਾਪਸ ਤੀਜੀ ਲੇਨ ਤੇ ਤੇ ਫੇਰ ਇੱਥੇ ਦੂਜੀ ਲੇਨ ਤੇ ਕਰਕੇ ਇਸ ਤਰ੍ਹਾਂ ਆ ਸਾਡੀ ਹੋ ਗਈ B C ਕਿਵੇਂ ਲਿਖਾਂਗੇ ਬੱਚੋ ਬਿਲਕੁਲ A A ਵਾਂਗ ਹੀ ਲਿਖਾਂਗੇ ਆ ਦੇਖੋ ਲੇਨ ਦਾ ਬਿਲਕੁਲ ਧਿਆਨ ਰੱਖਣਾ ਹੈਗਾ ਅੱਗੇ ਆਪਣੀ D D ਪਹਿਲੇ C ਬਣਾ ਕੇ ਇਸ ਤਰ੍ਹਾਂ ਇਹਨੂੰ D ਬਣ ਜਾਊਗੀ ਅੱਗੇ ਬੱਚੋ E ਬਿਲਕੁਲ ਲਾਈਨ ਦਾ ਧਿਆਨ ਰੱਖਣਾ ਹੈਗਾ ਤੀਜੀ ਲਾਈਨ ਤੋਂ ਸ਼ੁਰੂ ਕੀਤੀ ਆਪਾਂ ਤੇ ਦੂਜੀ ਲਾਈਨ ਨੂੰ ਟੱਚ ਕਰਦੇ ਹੋਏ ਵਾਪਸ ਤੀਜੀ ਲਾਈਨ ਤੇ ਆ ਗਏ ਆ ਅੱਗੇ ਵਿੱਚੋਂ ਐਫ ਐਫ ਸਾਡਾ ਚਾਰ ਲਾਈਨਾਂ ਵਿੱਚ ਲਿਖਿਆ ਜਾਂਦਾ ਹੈ ਜਿਵੇਂ ਆ ਦੇਖੋ ਤੀਜੀ ਲਾਈਨ ਤੋਂ ਸ਼ੁਰੂ ਕਰਕੇ ਪਹਿਲੀ ਲਾਈਨ ਫਿਰ ਚੌਥੀ ਲਾਈਨ ਨੂੰ ਕਰਕੇ ਇਸ ਤਰ੍ਹਾਂ ਆਹੋ ਐਫ ਅੱਗੇ ਵਿੱਚੋਂ ਜੀ ਪਹਿਲੇ ਸੀ ਬਣਾਓ ਇਹਨਾਂ ਥੱਲੇ نیچے ਲਿਆਓ ਨੀਚੇ ਵਾਲੀ ਤਿੰਨ ਲਾਈਨਾਂ ਵਿੱਚ ਹੋਣਾ ਬੱਚਿਓ ਜੀ ਅੱਗੇ ਹੈ ਐਚ ਤੀਜੀ ਲਾਈਨ ਤੋਂ ਸ਼ੁਰੂ ਹੋ ਰਿਹਾ H I ਵਿੱਚ ਦੋ ਲਾਈਨਾਂ ਵਿੱਚ ਲਿਖਿਆ ਜਾਏਗਾ ਜੇ نیچے ਵਾਲੀ ਤਿੰਨ ਲਾਈਨਾਂ ਵਿੱਚ ਬੱਚਿਓ ਜੇ ਕੇ ਉੱਪਰ ਵਾਲੀ ਤਿੰਨ ਲਾਈਨਾਂ ਚ ਹੋਏਗਾ ਬੱਚਿਓ ਤੀਜੀ ਲਾਈਨ ਤੋਂ ਸ਼ੁਰੂ ਕਰਾਂਗੇ ਆਪਾਂ ਪਹਿਲੀ ਲਾਈਨ ਨੂੰ ਟੱਚ ਕਰਦੇ ਹੋਏ ਕੇ ਅੱਗੇ ਬੱਚਿਓ L ਐਮ ਦੋ ਲਾਈਨਾਂ ਵਿੱਚ ਘਰ ਹੋਏਗਾ ਬੱਚਿਓ ਸੇਮ ਐਨ ਵੀ ਇਸੇ ਤਰ੍ਹਾਂ ਹੋਏਗਾ ਦੋ ਲਾਈਨਾਂ ਵਿੱਚ ਉਹ ਵੀ ਦੋ ਲਾਈਨਾਂ ਵਿੱਚ ਹੋਏਗਾ ਬੱਚਿਓ ਹਾਂ ਪੀ ਹੈ ਬੱਚਿਓ ਚਾਰ ਲਾਈਨਾਂ ਵਿੱਚ ਹੋਏਗਾ ਕਿਊ ਨੀਚੇ ਵਾਲੀ ਤਿੰਨ ਲਾਈਨਾਂ 'ਚ ਹੋਏਗਾ ਬੱਚਿਓ ਕਿਊ ਆਰ ਦੋ ਲਾਈਨਾਂ ਵਿੱਚ ਹੋਏਗਾ ਐਸ ਤੀਜੀ ਲਾਈਨ ਤੋਂ ਸ਼ੁਰੂ ਹੋਏਗਾ ਬੱਚਿਓ ਅਗੇ ਹੈ ਟੀ ਉੱਪਰ ਵਾਲੇ ਤੇ ਲਾਈਨਾਂ ਚ ਹੋਏਗਾ ਹਾਂ ਅਗੇ ਹੈ ਬੱਚਿਓ ਯੂ ਦੋ ਲਾਈਨਾਂ ਚ ਹੋਏਗਾ ਵੀ ਅਗੇ ਬੱਚਿਓ W ਦੋ ਲਾਈਨਾਂ ਵਿੱਚ X Y ਨੀਚੇ ਵਾਲੀ ਤਿੰਨ ਲਾਈਨਾਂ ਚ ਹੋਏਗਾ ਬੱਚਿਓ ਤੇ Z ਨੀਚੇ ਵਾਲੀਆਂ ਤਿੰਨ ਲਾਈਨਾਂ ਵਿੱਚ ਹੋਏਗਾ ਬੱਚਿਓ ਜੋ ਆਸੀ ਆਪਣੀ ਕਸ ਵਰਾਈਟਿੰਗ ਹੁਣ ਅਸੀਂ ਦੇਖਾਂਗੇ ਬੱਚਿਓ ਕਿਹੜੇ ਕਿਹੜੇ ਲੈਟਰ ਦੋ ਲਾਈਨਾਂ ਵਿੱਚ ਆਉਂਦੇ ਆ ਤੇ ਕਿਹੜੇ ਲੈਟਰ ਪੈਨ ਲਾਈਨਾਂ ਵਿੱਚ ਆਉਂਦੇ ਆ ਸਭ ਤੋਂ ਪਹਿਲਾਂ ਬੱਚਿਓ ਅਸੀਂ ਲਿਖਾਂਗੇ ਜਿਵੇਂ ਬੱਚਿਓ ਆਪਾਂ ਗੱਲ ਕਰੀਏ ਏ ਦੀ ਤੇ ਜਿਹੜਾ ਏ ਸਾਡਾ ਹੈਗਾ ਏ ਦੋ ਲਾਈਨਾਂ ਵਿੱਚ ਆਏਗਾ ਬੱਚਿਓ ਵਿਚਕਾਰ ਵਾਲੀ ਦੋ ਲਾਈਨਾਂ ਧਿਆਨ ਰੱਖਣਾ ਹੈਗਾ ਜਿਹੜੀ ਸਾਡੀ ਬੀ ਹੈ ਬੱਚਿਓ ਬੀ ਆਏਗੀ ਆਪਣੇ ਉੱਪਰ ਵਾਲੀ ਤਿੰਨ ਲਾਈਨਾਂ ਵਿੱਚ ਆਏਗਾ ਬੱਚਿਓ ਸੀ ਦੁਆਰਾ ਫਿਰ ਦੋ ਲਾਈਨਾਂ ਵਿੱਚ ਆਏਗਾ ਬੱਚਿਓ ਵਿਚ ਵਾਲੀ ਦੋ ਲਾਈਨਾਂ ਵਿੱਚ ਡੀ ਉੱਪਰ ਵਾਲੀ ਤਿੰਨ ਲਾਈਨਾਂ ਵਿੱਚ ਆਏਗਾ ਬੱਚਿਓ ਈ ਦੋ ਲਾਈਨਾਂ ਵਿੱਚ ਆਏਗਾ ਐਫ ਸਾਡਾ ਬੱਚਿਓ ਆਏਗਾ ਚਾਰ ਲਾਈਨਾਂ ਵਿੱਚ ਜੀ ਜੀ ਆਏਗਾ ਆਪਣੇ ਨੀਚੇ ਵਾਲੀਆਂ ਤਿੰਨ ਲਾਈਨਾਂ ਵਿੱਚ ਆਏਗਾ ਬੱਚਿਓ ਅਗੇ ਐਚ ਐਚ ਸਾਡਾ ਆਏਗਾ ਬੱਚਿਓ ਦੋ ਲਾਈਨਾਂ ਵਿੱਚ ਆਏਗਾ ਸੌਰੀ ਤਿੰਨ ਲਾਈਨਾਂ ਚਾਹੀਦਾ ਉੱਪਰ ਵਾਲੀਆਂ ਵਿੱਚ h i 2 ਲੈਣਾ ਚਾਹੀਦਾ j 3 ਲੈਣਾ ਵਿੱਚ ਆਏਗਾ ਬੱਚਿਓ نیچے ਵਾਲੀਆਂ k l m n o ਹਾਂ ਜੋ p ਜਿਹੜਾ ਹੈਗਾ ਉਹ 4 ਲੈਣਾ ਵਿੱਚ ਆਏਗਾ क्यों नीचे वाली तीन लेना बच्चे आएगा आर एस टी यू वी डब्ल्यू एक्स बाई नीचे वाली तीन लेना चाहेगा बच्चों ਤੇ ਜੈਡ نیچے ਵਾਲੀ ਤਿੰਨ ਲੈਨਾਂ ਲੈਣਾ ਚਾਹੀਦਾ ਬੱਚਿਓ ਅੱਜ ਅਸੀਂ ਧਿਆਨ ਰੱਖਣਾ ਹੈਗਾ ਕਿ ਕਿਹੜੇ ਕਿਹੜੇ ਲੈਟਰ ਦੋ ਲੈਨਾਂ ਵਿੱਚ ਆਉਂਦੇ ਆ ਕਿਹੜੇ ਉੱਪਰ ਵਾਲੀ ਦੋ ਲੈਨਾਂ ਵਿੱਚ ਤੇ ਕਿਹੜੇ ਚਾਰ ਲੈਨਾਂ ਵਿੱਚ ਆਉਂਦੇ ਆ ਤੇ ਕਿਹੜੇ نیچے ਵਾਲੀ ਤਿੰਨ ਲੈਨਾਂ ਵਿੱਚ ਆਉਂਦੇ ਆ ਇਸ ਨਾਲ ਕੀ ਹੋਏਗਾ ਸਾਡੀ ਲਿਖਾਈ ਸੋਹਣੀ ਬਣੇਗੀ ਤੇ ਇੱਕ ਹੋਰ ਆਪਾਂ ਦੇਖੋ ਕਿਦਾਂ ਲਿਖਣਾ ਹੈਗਾ ਕਿ ਇੱਕ ਲੈਨ ਵਿੱਚ ਕਿਦਾਂ ਲਿਖਾਂਗੇ ਬੱਚਿਓ A V C d e f g h i j k l m n o p ਕਿਉ ਆਰ ਐਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ेड ਪੱਚੀ ਬੇਨਾ ਅਸੀਂ ਪੈਨਸਲ ਚੁੱਕ ਕੇ ਆ ਪੂਰੀ ਲਾਈਨ ਦੇ ਵਿੱਚ ਲਿਖਣ ਦੀ ਪ੍ਰੈਕਟਿਸ ਕਰਨੀ ਹੈ ਠੀਕ ਹੈ ਤੇ ਬੱਚੋ ਆਸੀ ਸਾਡੀ ਕਰਸਿਵ ਰਾਈਟਿੰਗ ਕਰਸਿਵ ਰਾਈਟਿੰਗ ਵਿੱਚ ਕੀ ਇਹ ਠਹਿਰਾਵ تسلی ਨਾਲ ਲਿਖਨੇ ਆ ਕਿਰਪਾ ਟਿਕ ਕੇ ਲਿਖਨੇ ਆ ਕਾਲੀ ਨਹੀਂ ਕਰਨੀ ਐ ਤੇ ਲਿਖਾਈ ਸਾਡੀ ਸੋਹਣੀ ਬਣੇਗੀ